ਪਰਮਜੀਤ ਸਿੰਘ ਜੀ ਪੰਮਾ ਪ੍ਰਧਾਨ ਮਜੀਠਾ ਵੱਲੋਂ ਦੇਸ਼ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਜੀਤ ਸਿੰਘ ਪੰਮਾ ਵੱਲੋਂ ਦਿਲਾਂ ਦੀਆਂ ਗਹਿਰਾਈਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਸਿੱਖ ਕੌਮ ਨੂੰ ਇੱਕ ਵੱਡਾ ਤੋਹਫ਼ਾ ਦੀਵਾਲੀ ਉੱਤੇ ਦਿੱਤਾ ਜਾ ਰਿਹਾ ਹੈ ਅਤੇ ਗੋਵਿੰਦ ਘਾੜ ਤੋਂ ਲੈ ਕੇ ਸ਼ੀਮਕੁੰਡ ਤੱਕ ਸਾਬ ਤੱਕ ਇੱਕ ਨਵਾਂ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਜੋ ਸਫ਼ਰ ਅਸੀਂ 36 ਘੰਟੇ ਵਿੱਚ ਪੂਰਾ ਕਰਦੇ ਸੀ ਹੁਣ ਉਹ ਰਸਤਾ ਤਿਆਰ ਹੋਣ ਨਾਲ ਸਿਰਫ ਤੇ ਸਿਰਫ 12 ਮਿੰਟ ਦਾ ਸਮਾਂ ਲੱਗੇਗਾ ਅਤੇ ਇਸ ਤੇ ਕੋਈ ਲਗਭਗ 3 ਕਰੋੜ 41 ਲੱਖ ਰੁਪਏ ਖਰਚ ਆਉਣਗੇ